ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੈਂ ਅਮਨ ਸਾਹਿਬ ਮਿੱਤ ਕਰਾਂ ਤੁਸੀਂ ਠੀਕ ਠਾਕ ਹੋ ਅਸੀਂ ਜਾਣਾ ਸਾਧ ਰਾਤ ਘਰ ਰੁਕੇ ਹਾਂ ਮੇਰੇ ਫੁੱਫੋ ਦੇ ਮੁੰਡੇ ਨੇ ਤੇ ਅਸੀਂ ਰਾਤ ਜਾਣਾ ਫੁੱਫੋ ਘਰ ਰੁਕੇ ਸਾਂ ਤੇ ਹੁਣ ਦੁਪਹਿਰ 2 ਵੱਜ ਗਏ ਨੇ ਤੇ ਅਸੀਂ ਹੁਣ ਚੱਲੇ ਆਂ ਰਹੀਮ ਜਰ ਖਾਨ ਓਕੇ ਜਾਨੂ ਓਕੇ ਅੱਲਾਹ ਹਾਫਿਜ਼ ਰਹੀਮ ਜਰ ਖਾਨ ਅਸੀਂ ਸਰੇ ਸ਼ੋਰਾ ਕੋ ਚੱਲੇ ਆਂ ਓਏ ਓਏ ਆਪਣੀ ਪਿੱਟੀ ਜਾ ਰਹੇ ਓਏ ਅਬੇ ਨੋਟੀਆਂ ਜਮ ਹੋ ਗਈਆਂ ਤਾਂ ਹੁਣ ਹੁੰਦੀਆਂ ਨੇ ਗੱਲਾਂ ਮੈਂ ਹੁਣ ਹੋ ਗਿਆ ਬੁੱਢਾ ਮੇਰਾ ਵਿਆਹ ਹੋ ਗਿਆ ਜੇ ਮੈਂ ਜਵਾਨ ਨਾ ਤਾਂ ਦਵਾ ਕੋ ਨਹੀਂ ਹਾਂ ਦਿੰਦਾ ਵਾਕਈ ਓਏ ਆ ਫੜ ਜਰਾ ਇੱਕ ਮਿੰਟ ਫੜਾਈ ਉਰਾ ਫੜਾਈ ਚੱਲ ਮਰ ਜਿਹੜਾ ਆਖਰੀ ਜਿਮ ਛੱਡੀਏ ਜ਼ੋਰ ਨੀ ਗਿਆ ਮਜ਼ਾ ਆਇਆ ਤੁਹਾਡੇ ਕੋਲ ਯਕੀਨ ਮੰਨੋ ਲਵ ਯੂ ਹੋ ਗਿਆ ਲਵ ਫੇਸ ਭਾਈ ਆ ਚਵਲ ਤਾਂ ਮੈਂ ਵੀ ਭਰਾਵਾਂ ਪਰਾ ਪਰਾ ਹੋ ਗਿਆ ਭਾਈ ਆ ਚਵਲ ਤਾਂ ਮੈਂ ਵੀ ਭਰਾ ਪਰ ਇਹਨਾਂ ਦਾ ਆਪਣਾ ਲੈ ਵਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਅਬ ਜੀ ਕੀ ਹਾਲ ਚਾਲ ਹੈ ਬਿਲਕੁਲ ਠੀਕ ਠਾਕ ਸ਼ੁਕਰ ਅਲਹਮਦੁਲਿਲਾ ਬਾਕੀ ਬਾਤ ਹੈ ਬਾਕੀ ਬਾਤ ਚਾਲੇ 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 ਜੀ ਭਾਈ ਆ ਫੁੱਫੋ ਹੋਰਾਂ ਨਾਲ ਮਿਲ ਲਿਆ ਹੁਣ ਚੱਲੇ ਆ ਸਾਰਾ ਛੋਟੇ ਪੁੱਪੋ ਘਰ ਹੁਣ ਕੈਸੀ ਗੱਲ ਹੈ ਸਾਰਾ ਨਾਲ ਵੱਡੇ ਪੁੱਪੋ ਵੀ ਬਹਾਵਲਪੁਰ ਤੇ ਸਾਰਾ ਨਾਲ ਛੋਟੇ ਪੁੱਪੋ ਬਹਾਵਲਪੁਰ ਤੇ ਬਾਕੀ ਜਿਹੜੇ ਵਿਚਲੇ ਭੈਣ ਭਰਾ ਨੇ ਉਹ ਸਾਰੇ ਉਧਰ ਹੀ ਨੇ ਦਾਦੇ ਰਾਂ ਪਿੰਡ ਵਾਲੇ ਆ ਘਰ ਜੇ ਵੀ ਮੇਰੇ ਸਾਰਾ ਨਾਲ ਛੋਟੇ ਪੁੱਪੋ ਦਾ ਓਏ ਯਾਰ ਪਹਿਲਾਂ ਮੈਂ ਮਾਮਾ ਸਲਾਹ ਸਾਹਿਬ ਨਾਲ ਸਿਆਲਕੋਟ ਜਾਣ ਦੀ ਭਰਾ ਦਾ ਪਤਾ ਨੀ ਕਿਹਾ ਕਹਿੰਦੇ ਨੇ ਯਾਰ ਮੇਰਾ ਮੁੰਡੇ ਦਿਲ ਉਧਰ ਮੈਂ ਵਾਪਸ ਜਾਣਾ ਮਾਮੋਰੀ ਹੋ ਜਾ ਤੁਰ ਚੱਲੇ ਨੇ ਆਪਣੇ ਘਰ ਭਾਈਆ ਮਾਮੋਰੀ ਕਹਿੰਦੇ ਨੇ ਮੈਂ ਜਾਣਾ ਮਤਲਬ ਘਰ ਜਾਣਾ ਮੇਰਾ ਮੁੰਡੇ ਦਿਲ ਉਧਰ ਆ ਮੇਰਾ ਦਿਲ ਨਹੀਂ ਕਰਦਾ ਮੈਂ ਜਾਣ ਮੈਂ ਤੁਹਾਡੇ ਤੋਂ ਬਾਅਦ ਆ ਜਾਵਾਂਗਾ ਭਾਈ ਫੁੱਫੋ ਘਰ ਹੁਣ ਆ ਕੇ ਚਾਹ ਪੀਣ ਲੱਗਿਆ ਚਾਹ ਸ਼ਾ ਪੀ ਕੇ ਫਿਰ ਨਿਕਲਣਾ ਰਹੀ ਮੇਰੇ ਖਾਣ ਵਾਲੇ ਭਾਈ ਫੁੱਫੋ ਨਾਲ ਮਿਲ ਲਿਆ ਤੇ ਹੁਣ ਜਰਾ ਕਜ਼ਨਾਂ ਨੂੰ ਕਰੀਏ ਅੱਲਾ ਹਾਫਿਜ਼ ਠੀਕ ਹੈ ਤੁਹਾਨੂੰ ਅੱਲਾ ਹਾਫਿਜ਼ ਸਾਰਿਆਂ ਨੂੰ ਅੱਲਾ ਹਾਫਿਜ਼ ਓਕੇ ਠੀਕ ਹੈ ਅੱਲਾ ਹਾਫਿਜ਼ 3:21 ਮਿੰਟ ਹੋ ਗਏ ਜੇ ਤੇ ਹੁਣ ਜਿਹੜਾ ਅਸੀਂ ਬਹਾਵਲਪੁਰੋਂ ਨਿਕਲੇ ਹਾਂ ਤੇ ਰਹੀਮ ਜਰ ਖਾਨ ਬਹਾਵਲਪੁਰ ਤੋਂ 229 ਕਿਲੋਮੀਟਰ ਹੈ 3 ਘੰਟੇ ਤੇ 21 ਮਿੰਟ ਲੱਗਣਗੇ ਜਾਂਦੇ ਜਾਂਦੇ ਭਾਈ ਆ ਰਾਤ ਰੁਕਿਆ ਕੁਛ ਖਾ ਪੀ ਮਸਤੀ ਦਾ ਲੈ ਲਗੇ ਆ ਜਵਾਨਾਂ ਨੂੰ ਭੁੱਖ ਲੱਗ ਗਈ ਹੈ ਤੂੰ ਕੀ ਲੈਣਾ ਚਲਾ ਵੀ ਲੈ ਲੈ ਦੂਰ ਗੱਡੀ 'ਚ ਬਰੋ ਸਪੀਡ ਮਾਰੋਗਾ ਅੱਜ ਖਾਣ ਪੀਣ ਦਾ ਚੀਜ਼ਾਂ ਲੈਣ ਦਾ ਚੇਤਾ ਭੁੱਲ ਗਿਆ ਤੇ ਇਹਨਾਂ ਜਵਾਨਾਂ ਨੇ ਸਿਰ ਖਾ ਰਿਹਾ ਸੀ ਕਿਦੋਂ ਕੋਈ ਚੀਜ਼ ਲੈਣੀ ਖਾਣ ਵਾਸਤੇ ਕਿਦੋਂ ਕੋਈ ਚੀਜ਼ ਲੈਣੀ ਖਾਣ ਵਾਸਤੇ ਹੁਣ ਇੱਥੇ ਖਲੋਤੇ ਆ ਪੂਰੀ ਕਹਿੰਦੇ ਪਹਿਲਾਂ ਤੁਸੀਂ ਖਾਣ ਵਾਸਤੇ ਚੀਜ਼ ਲਓ ਬਾਅਦ ਚੱਲਦੇ ਆ ਫਾਦਰ ਜੀ ਖਾਣੀ ਕੇਕ ਵੱਲ ਵੇਖ ਕਿਤੇ ਕਿਤੇ ਪਾਣੀ 'ਚ ਮੂੰਹ ਆਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਭਈਆ ਰਹੀਮ ਜਰ ਖਾਨ 50 ਕਿਲੋਮੀਟਰ ਰਹਿ ਗਿਆ ਜੇ ਤੇ ਅਸੀਂ ਪੰਪ 'ਚ ਖਲੋਤੇ ਹਾਂ ਰਾਣੀ ਦੀ ਟੈਂਕੀ ਫੁੱਲ ਕਰਾਈਏ ਤੇ ਹੁਣ ਅਨੀਬ ਨੂੰ ਸੂਸੂ ਆ ਗਿਆ ਉਹ ਕਰਾਉਣ ਚੱਲਾਂ ਦੌੜ ਲਾ ਗਿਆ ਜਲਦੀ ਮਾਸ਼ਾਅੱਲਾ ਮਸਜਿਦ ਵੇਖੋ ਕਿੱਡੀ ਸੋਹਣੀ ਬਣੀ ਹੈ ਮਾਸ਼ਾਅੱਲਾ ਭਾਈ ਆ ਜਿੱਦਣ ਅਸੀਂ ਆਏ ਹਾਂ ਨਾ ਇੱਥੇ ਅਸੀਂ ਤਕਰੀਬਨ 4th-5th ਵਾਰ ਰਾਣੀ ਦੀ ਟੈਂਕੀ ਫੁੱਲ ਕਰਾ ਲਈਏ ਇੰਨਾ ਪੈਟਰੋਲ ਖਾਂਦੀ ਸਾਡੀ ਰਾਣੀ ਭੁੱਖੀ ਜਿਹੀ ਨਾ ਹੋਏ ਤੇ ਕਰ ਲਾ ਸਾਡੇ ਕੋ ਤੂੰ ਨਹੀਂ ਗਾਈਏ ਵੈਲਕਮ ਟੂ ਰਹੀਮ ਜਰ ਖਾਨ ਸ਼ਾਮ ਦੇ 6:30 ਹੋ ਗਏ ਜੇ ਤੇ ਅਸੀਂ ਰਹੀਮ ਜਰ ਖਾਨ ਪਹੁੰਚ ਗਏ ਜੇ ਭਈਆ ਜਾਂਦੇ ਗੱਡੀ ਸ਼ਾਮ ਦੇ 7:15 ਹੋ ਗਏ ਜੇ ਤੇ ਅਸੀਂ ਜਿਹੜਾ ਜਰੇਸ਼ ਕੇ ਘਰ ਉੱਪਰ ਗਏ ਹਾਂ ਜੀ ਖਲੋ ਤੇਰਾ ਬੋ ਆ ਲਓ ਜੀ ਇਹੀ ਹੈ ਨਾ ਮਾਨ ਹਾਊਸ ਡੱਲ ਵੀ ਨਹੀਂ ਕੰਮ ਕਰਦੀ ਕਿਸੇ ਹੋਰ ਕੋਲ ਨਾ ਚਿੱਤਰ ਪੈ ਜਾਣ ਅਸਲਾਮ ਵਾਲੇਕੁਮ
ਰੋਟੀ ਖਾਣਾ ਚਾਹੁੰਦੇ ਆ ਤਾਂ ਤਰੀਫਾ ਕਰ ਰਿਹਾ ਭਾਈ ਆ ਸੁਰੇਸ਼ ਘਰ ਆ ਕੇ ਨਾ ਪਹਿਲਾਂ ਬੈਠੇ ਆ ਪੰਛਨ ਪੀਤਾ ਗੱਪਾਂ ਛੱਪਾਂ ਮਾਰੀਆਂ ਤੇ ਹੁਣ ਅਸੀਂ ਚੱਲੇ ਆ ਬਾਹਰ ਸਨੋਕਰ ਖੇਡਣ ਭਾਈ ਆ ਉੱਥੇ ਫੱਟੇ ਬਾਹਰ ਰੋੜਾਂ ਦੇ ਉੱਤੇ ਪਏ ਹੁੰਦੇ ਨੇ ਹਾਂ ਸਾਰੇ ਇੱਥੇ ਸਪੈਸ਼ਲ ਕਮਰਾ ਹੈ ਆਪਣਾ ਬਸ ਸਾਡੇ ਇਲਾਵਾ ਕੋਈ ਨਹੀਂ ਹੈ ਸਾਡੇ ਇਲਾਵਾ ਕੋਈ ਵੀ ਨਹੀਂ ਪ੍ਰਾਈਵੇਟ ਮਾਲ ਓਕੇ ਅੱਜ ਇਹ ਦੋਵੇਂ ਭਰਾ ਮੇਰੇ ਕੋਲ ਗੰਦੇ ਹੋਣਗੇ ਬਿਲੀਅਰਡ ਦੇ ਵਿੱਚ ਭਾਵੇਂ ਹਰਾਂ ਭਾਵੇਂ ਜਿੱਤਾਂ ਗੱਲਾਂ ਵਿੱਚ ਨਹੀਂ ਉਹਨਾਂ ਮੈਂ ਜਿੱਤਣ ਦਿੰਦਾ ਹਾਂ ਅਸੀਂ ਮੈਂ ਗੱਲਾਂ ਦੀ ਪ੍ਰੈਕਟਿਸ ਕੀਤੀ ਸਵੇਰ ਦੀ ਗੱਲਾਂ ਹੀ ਕਰ ਰਹੇ ਹਾਂ ਭਾਈ ਆ ਅਸਾਂ ਤੇ ਹਿੰਮਤ ਖਾਨ ਪੈ ਰਹੇ ਹਾਂ ਰਿਜਮ ਜਦ ਖਾਨ ਵੇਖ ਰਹੇ ਹਾਂ ਰਾਤ ਨੂੰ ਅਸੀਂ ਸਨੋਕਰ ਕਲੱਬ 'ਚ ਉੱਪਰ ਗਏ ਹਾਂ ਅਤੇ ਇਹ ਕਮਰਾ ਜਿਹੜਾ ਨਾ ਅਸੀਂ ਬੁੱਕ ਕਰਾਇਆ ਮਤਲਬ ਸਾਡੇ ਚੌਂ ਤੋਂ ਇਲਾਵਾ ਇੱਥੇ ਹੋਰ ਕੋਈ ਬੰਦਾ ਨਹੀਂ ਹੋਏਗਾ ਮੈਨੂੰ ਇਹ ਚੀਜ਼ ਸਹੀ ਲੱਗੀ ਹੈ ਵੀ ਤੁਸੀਂ ਇਕੱਲੇ ਖੇਡ ਰਹੇ ਹੋ ਤੁਹਾਨੂੰ ਕੋਈ ਨਹੀਂ ਦੇਖ ਰਿਹਾ ਤੁਸੀਂ ਸਮਝਦੇ ਹੋ ਕਿ ਨਹੀਂ ਅਤੇ ਉਹ ਸਾਰੀਆਂ ਚੀਜ਼ਾਂ ਫਿਰ ਅਤੇ ਬੰਦਾ ਆਪਾਂ ਜੋ ਮਰਜ਼ੀ ਗੱਲਾਂ ਪਿਆ ਕਰੇ ਭਾਈ ਆਹ ਜਿਹੜਾ ਫੱਟਾ ਨਾ ਸਾਡੇ ਪਿੰਡ ਵਾਲੇ ਫੱਟੇ ਨਾਲ ਵੱਡਾ ਹੈ ਨਾ ਸਭ ਤੋਂ ਮਜ਼ੇਦਾਰ ਗੱਲ ਪੀਸ ਨਵੇਂ ਨੇ ਕਦੇ ਨਵੇਂ ਪੀਸਾਂ ਨਾਲ ਨਹੀਂ ਖੇਡੇ ਸਾਡੇ ਪਿੰਡ ਜਿਹੜੇ ਨੇ ਉਹਨਾਂ ਦੇ ਅੱਡ ਅੱਡ ਮੋਰੇ ਹੋਏ ਨੇ ਭਾਈ ਪਾਪ ਬਜ਼ਾਰ ਵੀਡੀਓ ਵੇਖ ਕੇ ਸਾਰੇ ਜਿਹੜੇ ਮੇਰੇ ਫੱਟੇ ਖੇਡਦੇ ਹੁੰਦੇ ਬਿਸਤੀ ਮੇਰੇ ਫੱਟੇ ਦੇ ਕਰਨ ਡਿਆ ਪਾਪ ਬਜ਼ਾਰ ਸੋੜੀ ਮਜ਼ਾਕ ਕੀਤਾ ਜੀ ਪੇਂਡੂ ਨਾਲ ਮੁਕਾਬਲੇ ਚੱਲ ਕਹਿੰਦੇ ਚੱਲ ਸਾਈਡ ਚੋ ਤੁਸੀਂ ਮਹਿਮਾਨ ਆਇਆ ਮੈਂ ਤੁਹਾਡੀ ਦੀਦ ਕੀਤੀ ਹੈ ਅਸਲੀ ਜੀ ਹਾਂਜੀ ਇਸ ਵਾਸਤੇ ਆ ਰਹੇ ਆ ਓ ਵਾਓ ਵੈ ਜੀ ਤੁਸੀਂ ਨਹੀਂ ਹਰਾ ਸਕਦੇ ਸਾਨੂੰ ਅੱਛਾ ਬੜਾ ਗੰਦਾ ਹਰਾਇਆ 60 ਸਕੋਰ ਦੇ ਨਾਲ ਹਰਾਇਆ ਇਹਨਾਂ ਨੂੰ ਤੇ ਬੜੀ ਗੰਦੀ ਹੋਈ ਰੋਜ਼ਾਨਾ ਖੇਡਣ ਹੁੰਦੇ ਨੇ ਹਾਲਾਂਕਿ ਇੱਥੇ ਪਰ ਕੀ ਖਤ ਜੋਗੇ ਨੇ ਭਾਈ ਆ ਫੱਟਾ ਖੇਡ ਕੇ ਤੇ ਜਰਾ ਘਰ ਵਾਪਸ ਆ ਗਏ ਆ ਘਰ ਵਾਪਸ ਆ ਕੇ ਜਰਾ ਰੋਟੀ ਖਾਣ ਲੱਗੇ ਤੇ ਰੋਟੀ ਦੇ ਵਿੱਚ ਸਾਡੇ ਕੋਲ ਚਪਲੀ ਕਬਾਬ ਬਿਰਿਆਨੀ ਅਚਾਰ ਗੋਸ਼ਤ ਸਲਾਦ ਰਾਇਤਾ ਅਤੇ ਨਾਲ ਖੀਰ ਨਾਲ ਠਮਿਆਈ ਅਤੇ ਨਾਲ ਰੋਟੀਆਂ ਅਤੇ ਇਹ ਇੰਨਾ ਕੁਛ ਵੇਖ ਕੇ ਕਿਤੇ ਕਿਤੇ ਪਾਣੀ 'ਚ ਮੂੰਹ ਆਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜਾ ਹੁਣ ਰੋਟੀ ਖਾਂਦੇ ਹਾਂ ਬਾਕੀ ਸਾਰੀ ਫੈਮਲੀ ਹੁੰਦੀ ਹੈ ਨਾ ਫਿਰ ਖਾਂਦੇ ਹਾਂ ਮੈਂ ਜ਼ਰਾ ਵੀਡੀਓ ਬਣਾਉਣ ਲੱਗ ਪਿਆ ਮੈਂ ਕਿਹਾ ਜ਼ਰਾ ਪਿੱਛੇ ਰਹੋ ਮੈਂ ਵੀਡੀਓ ਬਣਾ ਲਾ ਉਸ ਤੋਂ ਬਾਅਦ ਫਿਰ ਰੋਟੀ ਖਾਵਾਂਗੇ ਕਿਉਂਕਿ ਪਹਿਲਾਂ ਵੀਡੀਓ ਜ਼ਰੂਰੀ ਹੈ ਉਸ ਤੋਂ ਬਾਅਦ ਰੋਟੀ ਇੱਥੇ ਆ ਕੇ ਜਰਾ ਅਨੀਬ ਨੂੰ ਅਨੀਬ ਦਾ ਦੋਸਤ ਲੱਭ ਗਿਆ ਖਲੋਣੇ ਵੀ ਲੱਭ ਗਏ ਨੇ ਮਾਸ਼ਾਅੱਲਾ ਖੇਡਣ ਡਿਆ ਅਜੇ ਤਾਂ ਟਾਈਮ ਕਿਉਂ ਇੱਧਰ ਵੇਖੋ ਸ਼ਾਮ ਦੇ 10 ਵੱਜ ਗਏ ਨੇ ਅਤੇ ਅਜੇ ਤੱਕ ਖੇਡਣ ਡੇ ਨੇ ਖਲੋਣਿਆਂ ਨਾਲ ਇਹ ਵੇਖੋ ਡਰੈਗਨ ਟਰੱਕ ਅਤੇ ਇੱਧਰ ਟ੍ਰੇਨ ਦੇ ਨਾਲ ਪਟਰੀ ਭਾਈ ਆਹ ਵੇਖੋ ਟ੍ਰੇਨ ਚੱਲਣ ਡਈ ਇੱਕੋ ਜਗ੍ਹਾ ਘੁੰਮਦੀ ਰਹੇਗੀ ਮਤਲਬ ਬੱਚੇ ਆਰੇ ਲੱਗੇ ਰਹਿੰਦੇ ਨੇ ਅਨੀਬ ਮਜ਼ਾ ਆਉਣ ਡਿਆ ਹਾਂਜੀ ਕੈਸਾ ਯਾਰ ਲੱਭਾ ਫਿਰ ਸਹੀ ਸਹੀ ਚੰਗਾ ਯਾਰ ਅੱਗੇ ਨਹੀਂ ਸੀ ਮਾਨ ਅਨੀਬ ਖਿਡਾਉਣਾ ਨਾ ਖੇਡਣ 'ਤੇ ਤਾਂ ਗੁਜ਼ਾਰ ਵੀ ਉਵੇਂ ਦਾ ਲੱਭ ਗਿਆ ਭਾਈ ਆ ਇਸ ਟਾਈਮ ਬਹਿ ਕੇ ਤੇ ਆਪਣਾ ਵਲੌਗ ਆਪ ਹੀ ਵੇਖਣ ਡਿਆ ਆਪਣੇ ਐਕਟਿੰਗ ਵਾਲੇ ਵੀਡੀਓ ਜਵਾਨੀ ਵਾਲੇ ਵੀਡੀਓ ਗਾਣੇ ਗਾ ਮੈਂ ਛੋਟਾ ਛੋਟਾ
ਮੇਰੀ ਖੋਤੀ ਆ ਗਈ ਜਵਾਨੀ ਵਾਲੀ ਜਿਹਦੇ ਮੇਰਾ ਪਹਿਲਾ ਵਲੌਗ ਆਇਆ ਸੀ। ਭਾਈਆ ਦੁਪਹਿਰ ਦੇ 12:30 ਹੋ ਗਏ ਨੇ ਤੇ ਹੁਣ ਜਿਹੜਾ ਫਰੂਟ ਚਾਟ ਆ ਗਏ ਜੇ ਫਰੂਟ ਚਾਟ ਖਾਣ ਲੱਗੇ ਆ ਭਾਈਆ। ਫਰੂਟ ਚਾਟ ਵਾਲ ਦੇਖ ਕੇ ਕਿਤੇ ਕਿਤੇ ਪਾਣੀ 'ਚ ਮੂੰਹ ਆਇਆ ਕਮੈਂਟ ਕਰਕੇ ਜ਼ਰੂਰ ਦੱਸਿਓ, ਠੀਕ ਹੈ ਭਾਈਆ? ਮਾਸ਼ਾਅੱਲਾ ਬੜੀ ਮਜ਼ੇਦਾਰ ਲੱਗਣ ਡਈ ਏ। ਬਾਕੀ ਭਾਈਆ ਦੋਵੇਂ ਜਵਾਨ ਖੇਡ ਖੁੱਡ ਕੇ ਆ ਜਾ ਕੇ ਦਰਵਾਜ਼ੇ ਨੂੰ ਬਸ ਕਰ ਹੁਣ, ਨਹੀਂ ਕੈਮਰੇ ਸਾਹਮਣੇ ਨਹੀਂ, ਰਾਤ ਦੇ ਇੰਜ ਲੱਗੇ ਨੇ, ਕਦੀ ਖੜੋਣੇ ਨਾ ਖੇਡਦੇ, ਕਦੀ ਕੁਛ ਕਦੀ ਕੁਛ, ਕਦੀ ਪਿਸਤੌਲਾਂ ਫੜ ਲੈਂਦੇ ਨੇ, ਕਦੀ ਕੁਛ ਕਰਦੇ, ਕਦੀ ਕੁਛ। ਅਜੇ ਨਾ ਜ਼ਰੇਸ਼ ਹੋਰਾਂ ਦੇ ਘਰ ਸਾਡੇ ਬੜੇ ਪਿਆਰੇ ਸਬਸਕ੍ਰਾਈਬਰ, ਬੜੇ ਪਿਆਰੇ ਭਰਾ ਮਿਲਣ ਆਏ ਨੇ। ਕੀ ਹਾਲ ਚਾਲ, ਠੀਕ ਠਾਕ? ਹੋਰ ਸਭ ਠੀਕ ਠਾਕ? ਭਾਈ ਆ ਥੋੜ੍ਹਾ ਦੇਰ ਪਹਿਲਾਂ ਜਿਹੜਾ ਫਰੂਟ ਚਾਟ ਖਾਧੀ ਹੈ ਅਤੇ ਘੰਟਾ ਡੇਢ ਠਹਿਰ ਕੇ ਅਤੇ ਇਹਨੂੰ ਕੀ ਕਹੀਦਾ? ਸੈਂਡਵਿਚ। ਸੈਂਡਵਿਚ ਲੈ ਆਉਂਦੇ ਨੇ ਬਾਈ। ਭਾਈ ਆ ਯਕੀਨ ਮੈਨੂੰ, ਇੱਕ ਚੀਜ਼ ਖਾ ਗਿਆ ਹਜ਼ਮ ਨਹੀਂ ਹੁੰਦੀ, ਦੂਸਰੀ ਲੈ ਆਉਂਦੇ ਨੇ, ਦੂਸਰੀ ਹਜ਼ਮ ਹੁੰਦੀ, ਤੀਸਰੀ ਲੈ ਆਉਂਦੇ ਨੇ। ਇਹਨੂੰ ਕਹਿੰਦੇ ਨੇ ਮਹਿਮਾਨ ਨਵਾਜ਼ੀ। ਛਾ ਕੇ ਇਹਨਾਂ ਦਾ ਲੈਵਲ, ਇਹ ਬ੍ਰਾਂਡ ਨੇ। ਹੋਏ 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 ਹੋਏ, ਉਹ ਛਾ ਕੇ ਇਹਨਾਂ ਦਾ ਲੈਵਲ, ਇਹ ਬ੍ਰਾਂਡ ਨੇ। ਭਾਈ ਆ ਇਹ ਸੈਂਡਵਿਚ ਵਾਕਈ ਜਿਹੜਾ ਮੈਂ ਪਹਿਲੀ ਵਾਰੀ ਖਾਣ ਲੱਗਾ ਵਾਂ ਜ਼ਿੰਦਗੀ 'ਚ ਅਤੇ ਇਹ ਹੈ ਵੀ ਚੀਜ਼ ਵਾਲੇ ਨੇ, ਮਤਲਬ ਪੀਜ਼ੇ ਵਾਲਾ ਪੂਰਾ ਸਵਾਦ ਹੁੰਦਾ ਗਾ। ਚੀਜ਼ ਕੱਢ ਕੇ ਬਾਹਰ ਸਾਰਿਆਂ ਦੇ ਪਾਣੀ 'ਚ ਮੂੰਹ ਆਏਗਾ। ਇਹ ਵੇਖੋ ਭਾਈ ਆ, ਮਾਸ਼ਾਅੱਲਾ। ਜ਼ਰੇਸ਼ਾਂ ਦੇ ਅੰਮੀ ਯਾਨੀ ਕਿ ਸਾਡੀ ਖਾਲਾ, ਮਾਸ਼ਾਅੱਲਾ ਇੰਨਾ ਮਤਲਬ ਖੁਸ਼ ਹੁੰਦੇ ਨਾ ਚੀਜ਼ਾਂ ਬਣਾ ਬਣਾ ਕੇ ਸਾਨੂੰ ਖਵਾ ਕੇ, ਉਹ ਇੱਕ ਚੀਜ਼ ਬਣ ਕੇ ਨਹੀਂ ਇਹ ਵੀ ਬਣਾਉਣਾ, ਮੈਂ ਵੀ ਬਣਾਉਣਾ, ਮਤਲਬ ਉਹਨਾਂ ਨੂੰ ਚੀਜ਼ ਕੁਕਿੰਗ ਕਰਨ ਦਾ ਵੀ ਸ਼ੌਕ ਹੈ ਤਾਂ ਪਕਾ ਪਕਾ ਕੇ ਚੀਜ਼ਾਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆ ਜਾ ਖਾ ਲਾ ਸੈਂਡਵਿਚ। ਮੈਂ ਖਾਦੇ ਨਹੀਂ। ਕਿੰਨੇ ਖਾਦੇ ਨਹੀਂ? 6 ਸੈਂਡਵਿਚ ਖਾ ਗਏ। 6-7 ਬੰਦਾ ਹੈ ਕਿ ਜਿੰਨ ਨੇ ਤੇ ਭਾਈ ਆ ਐਸ ਸਾਡਾ ਅੱਜ ਦਾ ਮਜ਼ੇਦਾਰ ਜਿਹਾ ਵਲੌਗ। ਜੇ ਤੁਹਾਨੂੰ ਚੰਗਾ ਲੱਗਾ ਤਾਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਫਿਰ ਮਿਲਾਂਗੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।